ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਹੈ ਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਦੀ ਖੁਸ਼ਖਬਰੀ ਦੀ ਤੁਹਾਨੂੰ ਬਹੁਤ ਟਾਈਮ ਤੋਂ ਉਡੀਕ ਸੀ ਮੈਂ ਅੱਜ ਤੁਹਾਡੇ ਲਈ ਅਜਹੀ ਖੁਸ਼ਖਬਰੀ ਲੈ ਕੇ ਆਇਆ ਹਾਂ ਜਿਹੜੇ ਮੇਰੇ ਵੀਰੇ ਤੇ ਭੈਣਾ ਬਹੁਤ ਲੰਬੇ ਟਾਈਮ ਤੋਂ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਸਨ ਉਹਨਾਂ ਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਸਬ ਇੰਸਪੈਕਟਰ ਦੀ ਭਰਤੀ ਨਿਕਲ ਚੁੱਕੀ ਹੈ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਇਸ ਦੀ ਪੂਰੀ ਪ੍ਰਕਿਰਿਆ ਬਾਰੇ ਦੱਸਾਂਗਾ ਤੇ ਇਹ ਵੀ ਦੱਸਾਂਗਾ ਤੁਸੀਂ ਕਿਸ ਨੂੰ ਕਿਵੇਂ ਆਨਲਾਈਨ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਇਸ ਸੰਬੰਧੀ ਕੁਝ ਜ਼ਰੂਰੀ ਜ਼ਰੂਰੀ ਗੱਲਾਂ ਦੱਸ ਦਵਾਂ ਜਿਵੇਂ ਕਿ ਇਸ ਨੂੰ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ 16 ਜੁਲਾਈ ਹੈ ਅਤੇ ਸਬ ਇੰਸਪੈਕਟਰ ਦੀ ਪੋਸਟ ਦੀ ਸੈਲਰੀ 35400 ਬੇਸਿਕ ਤੋਂ ਲੈ ਕੇ 112400 ਤੱਕ ਹੋਵੇਗੀ ਇਸ ਵਿੱਚ ਦੋਨੋਂ ਤਰ੍ਹਾਂ ਦੀਆਂ ਪੋਸਟਾਂ ਹਨ ਮੁੰਡੇ ਤੇ ਕੁੜੀਆਂ ਦੋਨੋਂ ਹੀ ਇਸ ਨੂੰ ਅਪਲਾਈ ਕਰ ਸਕਦੇ ਆਂ ਦੋਸਤੋ ਜੋ ਮੈਂ ਪਿਛਲੀ ਵੀਡੀਓ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਭਰਤੀ ਦੇ ਫਿਜ਼ੀਕਲ ਟ੍ਰੈਲਸ ਹੁੰਦੀ ਪਾਈ ਸੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੁਝ ਮੇਰੇ ਵੀਰਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਉਹ ਦੌੜਨ ਦੀ ਤਿਆਰੀ ਕਿਵੇਂ ਸ਼ੁਰੂ ਕਰਨ ਮੈਂ ਇਸ ਸਬੰਧੀ ਅਗਲੀ ਵੀਡੀਓ ਲੈ ਕੇ ਆ ਰਿਹਾ ਤੇ ਤੁਹਾਨੂੰ ਸੁਝ ਦੱਸਾਂਗਾ ਕਿ ਤੁਸੀਂ ਕਿਵੇਂ 1600 ਮੀਟਰ ਦੀ ਦੌੜ ਆਸਾਨੀ ਨਾਲ ਸਿਰਫ 6 ਮਿੰਟ ਵਿੱਚ ਹੀ ਪੂਰੀ ਕਰ ਸਕਦੇ ਹੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਚਲੋ ਹੁਣ ਸਰਵ ਇਨਸਪੈਕਟਰ ਦੀ ਭਰਤੀ ਦਾ ਆਫੀਸ਼ਲ ਨੋਟੀਫਿਕੇਸ਼ਨ ਦੇਖਦੇ ਹਾਂ ਤੇ ਦੇਖਦੇ ਹਾਂ ਇਸ ਨੂੰ ਕਿਵੇਂ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੀਆਂ ਪੋਸਟਾਂ ਐ ਇਹ ਸਰਵ ਇਨਸਪੈਕਟਰ ਦੀਆਂ ਦੋ ਤਰ੍ਹਾਂ ਦੀਆਂ ਪੋਸਟਾਂ ਆ ਇਹ ਪਹਿਲੀ ਹੈ ਸਬ ਇੰਸਪੈਕਟਰ ਇਨ ਦਿੱਲੀ ਪੁਲਿਸ ਦੂਜੀ ਹੈ ਸੀਏਪੀਐਫ ਵਿੱਚ ਸਬ ਇੰਸਪੈਕਟਰ ਇਸ ਨੂੰ ਅਪਲਾਈ ਕਰਨ ਦੀ ਜਿਹੜੀ ਡੇਟਾ ਹੈ ਉਹ 17 ਜੂਨ ਤੋਂ ਲੈ ਕੇ 16 ਜੁਲਾਈ ਤੱਕ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ 18 ਜੁਲਾਈ ਤੱਕ ਹੈ ਆਫਲਾਈਨ ਚਲਾਨ ਰਹੀ ਫੀਸ ਭਰਨ ਦੀ ਆਖਰੀ ਮਿਤੀ 22 ਜੁਲਾਈ ਤੱਕ ਹੈ ਅਤੇ ਇਸ ਵਿੱਚ ਦੋ ਤਰ੍ਹਾਂ ਦਾ ਪੇਪਰ ਹੋਵੇਗਾ ਪੇਪਰ 1 ਹੈ ਜਿਹੜਾ ਉਹ 29 ਨਵੰਬਰ 2020 ਤੋਂ ਲੈ ਕੇ 5 ਦਸ 2020 ਤੱਕ ਵਿੱਚ ਵਿੱਚ ਲਿਆ ਜਾਊਗਾ ਅਤੇ ਜਿਹੜਾ ਪੇਪਰ 2 ਹੋਊਗਾ ਉਹ 1 ਮਾਰਚ 2021 ਨੂੰ ਲਿਆ ਜਾਊਗਾ ਦੋਸਤੋ ਦਿੱਲੀ ਪੁਲਿਸ ਅਫਸਰ ਇਨਸਪੈਕਟਰ ਦੇ ਮੇਲ ਦੀਆਂ ਜਿਹੜੀਆਂ ਪੋਸਟਾਂ ਆ ਉਹ 92 ਪੋਸਟਾਂ ਐ ਅਤੇ ਸਬ ਇਨਸਪੈਕਟਰ ਫੀਮੇਲ ਦੀਆਂ ਪੋਸਟਾਂ ਜਿਹੜੀਆਂ ਦਿੱਲੀ ਪੁਲਿਸ ਦੀਆਂ ਉਹ 78 ਪੋਸਟਾਂ ਐ ਅਤੇ ਬਾਕੀ CRPF, BSF, ITBP, CISF ਤੇ ਸੀਮਾ ਸੁਰੱਖਿਆ ਬਲ ਇਹਨਾਂ ਸਾਰਿਆਂ ਨੂੰ ਮਿਲਾ ਕੇ ਇਹਨਾਂ ਦੇ ਮੇਲਸ ਸਬ ਇਨਸਪੈਕਟਰ ਦੀਆਂ ਜਿਹੜੀਆਂ ਪੋਸਟਾਂ ਉਹ 1342 ਬਣਦੀਆਂ ਅਤੇ ਫੀਮੇਲ ਸਬ ਇਨਸਪੈਕਟਰ ਦੀਆਂ ਪੋਸਟਾਂ ਜਿਹੜੀਆਂ ਉਹ 53 ਬਣਦੀਆਂ ਬਾਕੀ ਤੁਹਾਡੀ ਸਕਰੀਨ ਤੇ ਕੈਟਾਗਰੀ ਵਾਈਜ਼ ਜਿਹੜੀਆਂ ਪੋਸਟਾਂ ਉਹ ਸਾਰੀਆਂ ਸ਼ੋ ਹੋ ਰਹੀਆਂ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਉਹਨਾਂ ਨੂੰ ਦੇਖ ਸਕਦੇ ਜਾ ਫਿਰ ਮੈਂ ਤੁਹਾਨੂੰ ਇਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਟੈਲੀਗ੍ਰਾਮ ਚੈਨਲ ਉੱਤੇ ਵੀ ਪ੍ਰੋਵਾਈਡ ਕਰਵਾ ਦੇਵਾਂਗਾ ਤੁਸੀਂ ਉੱਥੋਂ ਜਾ ਕੇ ਵੀ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ ਜਿਸ ਤੋਂ ਇਲਾਵਾ ਐਕਸ ਸਰਵਿਸਮੈਨ ਦੀਆਂ ਵੀ ਜਿਹੜੀਆਂ ਟੋਟਲ 139 ਪੋਸਟਾਂ ਉਹ ਲੱਗਤੋਂ ਨੇ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਜਿਹੜੀ ਕਿ ਸੀਏਪੀਐਫ ਵਿੱਚ ਸਬ ਇੰਸਪੈਕਟਰ ਦੀਆਂ ਪੋਸਟਾਂ ਐ ਉਹ ਗਰੁੱਪ ਬੀ ਵਿੱਚ ਆਉਂਦੀਆਂ ਐ ਅਤੇ ਜਿਹੜੀ ਸਬ ਇੰਸਪੈਕਟਰ ਦਿੱਲੀ ਪੁਲਿਸ ਦੀਆਂ ਪੋਸਟਾਂ ਉਹ ਗਰੁੱਪ ਸੀ ਵਿੱਚ ਆਉਂਦੀਆਂ ਪਰੰਤੂ ਇਹਨਾਂ ਦੋਨਾਂ ਲਈ ਲੈਵਲ 6 ਮੈਟ੍ਰਿਕਸ ਦਾ ਪੇਸਕੇਲ ਹੀ ਮਿਲੇਗਾ ਜਿਸ ਵਿੱਚ ਸਟਾਰਟਿੰਗ ਬੇਸਿਕ 35400 ਤੱਕ ਲੈ ਕੇ 112400 ਤੱਕ ਹੋਵੇਗੀ ਜੇ ਗੱਲ ਕਰੀਏ ਇਸ ਦੀ ਐਸ ਦੀ ਤਾਂ ਇਸ ਨੂੰ 20 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਦੇ ਆ ਭਾਵੇਂ ਕਿ ਜਿਨ੍ਹਾਂ ਦੀ ਉਮਰ 1 1 2021 ਤੱਕ 25 ਸਾਲ ਬਣਦੀ ਹੈ ਇਸ ਤੋਂ ਇਲਾਵਾ ਕੁਝ ਹੋਰ ਰਿਲੈਕਸੇਸ਼ਨ ਜਿਵੇਂ ਐਸਸੀ ਨੂੰ 5 ਸਾਲ ਦੀ ਅਤੇ ਐਕਸ ਸਰਵਿਸਮੈਨ ਨੂੰ 3 ਸਾਲ ਦੀ ਉਹ ਸਾਰੀਆਂ ਤੁਸੀਂ ਆਪਣੀ ਸਕਰੀਨ ਉੱਤੇ ਪਾਉਜ਼ ਕਰਕੇ ਦੇਖ ਸਕਦੇ ਹੋ ਗੱਲ ਕਰਦੇ ਆ ਇਸ ਦੀ ਕੁਆਲਿਫੀਕੇਸ਼ਨ ਦੀ ਇਸ ਦੇ ਲਈ ਬੈਚਲਰ ਡਿਗਰੀ ਕੀਤੀ ਹੋਣੀ ਲਾਜ਼ਮੀ ਹੈ ਗੱਲ ਕਰਦੇ ਆ ਇਸ ਦੇ ਇਗਜ਼ਾਮ ਦੀ ਇਸ ਦੇ ਇਗਜ਼ਾਮ ਦੀ ਡੇਟ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਜਿਹੜਾ ਇਸ ਦਾ ਪੇਪਰ ਪਹਿਲਾ ਹੋਊਗਾ ਉਹਦੇ ਵਿੱਚ ਚਾਰ ਟਾਪਿਕਸ ਹੋਣਗੇ ਮੈਥ ਰੀਜ਼ਨਿੰਗ ਇੰਗਲਿਸ਼ ਅਤੇ ਜੀਕੇ ਇਹਨਾਂ ਦੇ ਸਾਰਿਆਂ ਦੇ 50-50 ਕੁਐਸਚਨ ਹੋਣਗੇ ਜਿਹੜੇ ਕਿ 50-50 ਨੰਬਰ ਦੇ ਹੋਣਗੇ ਇਸ ਦੇ ਲਈ 2 ਘੰਟੇ ਦਾ ਟਾਈਮ ਦਿੱਤਾ ਜਾਵੇਗਾ ਜਿਹੜਾ ਕਿ ਪੇਪਰ 2 ਹੋਵੇਗਾ ਉਹ ਅਗਲੇ ਸਾਲ ਮਾਰਚ ਵਿੱਚ ਕੰਡਕਟ ਕਰਾਇਆ ਜਾਵੇਗਾ ਇਸ ਵਿੱਚ 200 ਕਵੈਸਚਨ ਹੋਣਗੇ ਜਿਹੜੇ 200 ਨੰਬਰ ਦੇ ਹੀ ਹੋਣਗੇ ਇਸ ਵਿੱਚ ਇੰਗਲਿਸ਼ ਅਤੇ ਕੰਪ੍ਰੀਹੈਂਸ਼ਨ ਪੈਸੇਜ ਦੇ ਕਵੈਸਚਨ ਹੋਣਗੇ ਇਸ ਦਾ ਟਾਈਮ ਵੀ 2 ਘੰਟੇ ਦਾ ਹੀ ਹੋਵੇਗਾ ਇਹਨਾਂ ਪੇਪਰਾਂ ਦੇ ਬੇਸ ਉੱਤੇ ਹੀ ਇਸ ਦੀ ਭਰਤੀ ਦੀ ਮੈਰਿਟ ਬਣੇਗੀ ਅਤੇ ਲਾਸਟ ਵਿੱਚ ਸਬ ਇੰਸਪੈਕਟਰ ਜੋ ਬਣ ਕੇ ਨਿਕਲਣਗੇ ਇਸ ਦੀ ਮੈਰਿਟ ਦੇ ਆਧਾਰ ਉੱਤੇ ਹੀ ਨਿਕਲਣਗੇ ਇਸ ਵਿੱਚ ਮੈਥ ਰੀਜ਼ਨਿੰਗ ਅਤੇ ਜੀਕੇ ਦੇ ਜੋ ਵੀ ਟੌਪਿਕਸ ਹਨ ਉਹ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਨੂੰ ਪਾਉਜ਼ ਕਰਕੇ ਤੁਸੀਂ ਸਾਰੇ ਨੋਟ ਡਾਊਨ ਕਰ ਲਵੋ ਜਾਂ ਫਿਰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਟੈਲੀਗ੍ਰਾਮ ਲਿੰਕ ਤੋਂ ਇਸ ਦੀ ਪੀਡੀਐਫ ਨੂੰ ਡਾਊਨਲੋਡ ਕਰ ਲਵੋ ਉੱਥੋਂ ਤੁਸੀਂ ਇਸ ਨੂੰ ਦੇਖ ਸਕਦੇ ਹੋ ਜਾਂ ਫਿਰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਇੰਸਟਾਗ੍ਰam ਦੇ ਲਿੰਕ ਉੱਤੇ ਜਾ ਕੇ ਵੀ ਤੁਸੀਂ ਇਸੋਂ ਦੀ ਪੋਸਟ ਨੂੰ ਚੈੱਕ ਕਰ ਸਕਦੇ ਹੋ ਲਾਸਟ ਵਿੱਚ ਗੱਲ ਕਰਦੇ ਆ ਬਹੁਤ ਇੰਪੋਰਟੈਂਟ ਜਿਹੜਾ ਕਿ ਰਹਿ ਗਿਆ ਇਸ ਦੀ ਫਿਜ਼ੀਕਲ ਟ੍ਰਾਇਲ ਅਤੇ ਫਿਜ਼ੀਕਲ ਮੈਜ਼ਰਮੈਂਟ ਬਾਰੇ ਇਸ ਵਿੱਚ ਮੇਲ ਕੈਂਡੀਡੇਟਸ ਐ ਜਿਹੜੇ ਉਹਨਾਂ ਦੀ ਹਾਈਟ 170 ਸੈਂਟੀਮੀਟਰ ਚਾਹੀਦੀ ਐ ਅਤੇ ਛਾਤੀ 80 ਸੈਂਟੀਮੀਟਰ ਅਤੇ ਫਲਾਕੇ 85 ਸੈਂਟੀਮੀਟਰ ਹੋਣੀ ਚਾਹੀਦੀ ਐ ਅਤੇ ਬਾਕੀ ਇਸ ਵਿੱਚ ਜੰਮੂ ਅਤੇ ਕਸ਼ਮੀਰ ਦੇ ਰਹਿਣ ਵਾਲਿਆਂ ਜਾਂ ਫਿਰ ਐਸਸੀ ਐਸਟੀ ਵਗੈਰਾ ਨੂੰ ਕੁਝ ਰਾਇਤਾਂ ਜੋ ਕਿ ਤੁਸੀਂ ਆਪਣੇ ਸਕਰੀਨ ਤੇ ਦੇਖ ਸਕਦੇ ਹੋ ਫੀਮੇਲ ਦੀ ਹਾਈਟ ਇਸ ਵਿੱਚ 157 ਸੈਂਟੀਮੀਟਰ ਹੈ ਇਸ ਵਿੱਚ ਮੇਲ ਕੈਂਡੀਡੇਟ ਨੇ 100 ਮੀਟਰ ਦੀ ਰੇਸ ਜਿਹੜੀ ਉਹ 16 ਸੈਕਿੰਡ ਵਿੱਚ ਪੂਰੀ ਕਰਨੀ ਹੈ ਕੀ ਚਾਂਸ ਹੋਵੇਗਾ ਇਸ ਦੇ ਲਈ ਤਿੰਨ ਤਿੰਨ ਚਾਂਸ ਦਿੱਤੇ ਜਾਣਗੇ ਸ਼ਾਰਟ ਪੁੱਟ 16lb s 4.5 ਮੀਟਰ ਦਾ ਹੋਵੇਗਾ ਜਿਸ ਦੇ ਲਈ ਤਿੰਨ ਚਾਂਸ ਤੇ ਆਣਗੇ ਫੀਮੇਲ ਕੈਂਡੀਡੇਟਸ ਲਈ 100 ਮੀਟਰ ਰੇਸ 18 ਸਕਿੰਡ ਵਿੱਚ ਪੂਰੀ ਕਰਨੀ ਹੋਵੇਗੀ ਤੇ 800 ਮੀਟਰ ਰੇਸ ਜਿਹੜੀ ਕਿ 4 ਮਿੰਟ ਵਿੱਚ ਪੂਰੀ ਕਰਨੀ ਹੋਵੇਗੀ ਲੌਂਗ ਜੰਪ ਫੀਮੇਲ ਲਈ 2.7 ਮੀਟਰ ਅਤੇ ਹਾਈ ਜੰਪ 0.9 ਮੀਟਰ ਹੋਵੇਗਾ ਅਤੇ ਇਹਨਾਂ ਦੋਨਾਂ ਲਈ ਤਿੰਨ-ਤਿੰਨ ਮੌਕੇ ਤੇ ਜਾਣਗੇ ਰੇਸ ਦੇ ਲਈ ਫੀਮੇਲ ਕੈਂਡੀਡੇਟ ਨੂੰ ਵੀ ਇੱਕ-ਇੱਕ ਮੌਕਾ ਹੀ ਮਿਲੇਗਾ ਇਸ ਨੂੰ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜਦੋਂ ਤੁਸੀਂ SSC ਦੀ ਅਫੀਸ਼ੀਅਲ ਵੈਬਸਾਈਟ ਉੱਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਵਾਂਗਾ ਸਬੰਧੀ ਤੁਸੀਂ ਕੋਈ ਵੀ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਜੋ-ਜੋ ਇਸ ਸਰਵਿਸ ਇੰਸਪੈਕਟਰ ਦੀ ਭਰਤੀ ਦੇ ਚਾਹਵਨ ਹਨ ਤੁਸੀਂ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾਓ ਦੋਸਤੋ ਇਸ ਭਰਤੀ ਵਿੱਚ ਵੀ ਸੇਮ ਪੰਜਾਬ ਪੁਲਿਸ ਦੀ ਭਰਤੀ ਵਾਂਗ ਹੀ 1600 ਮੀਟਰ ਦੀ ਰੇਸ ਹੈ